ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ ਅਤੇ ਬਾਣੀ ਦੀ ਵਿਆਖਿਆ ਕਰਦਾ ਅਤੇ ਨਾਲੇ ਮੈਂ ਕ੍ਰਿਸਚੈਨਿਟੀ ਦਾ ਪ੍ਰਚਾਰ ਕਰਦਾ ਹੈਗਾ। ਆਪਣੇ ਨਾਨਕ ਜਿਹੜੇ ਸੀਗੇ ਇਹ ਸੈਕਿੰਡ ਕਮਿੰਗ ਆਫ ਜੀਜ਼ਸ ਹੈਗੇ ਨੇ ਅਤੇ ਸਿੱਖ ਇਜ਼ਮ ਇਜ਼ ਕੰਟੀਨਿਊਏਸ਼ਨ ਆਫ ਕ੍ਰਿਸਚੈਨਿਟੀ ਅਤੇ ਇਸ ਕਰਕੇ ਜਿਹੜਾ ਸਿੱਖ ਹੈਗਾ ਉਹਦੇ ਲਈ ਆਪਣੇ ਬਾਣੀ ਜਾਂ ਪੈਰਾਬਲ ਬਾਈਬਲ ਦੇ ਪੈਰਾਬਲ ਫਿੰਗਰ ਟਿਪ ਦੇ ਹੋਣੇ ਚਾਹੀਦੇ ਨੇ ਅਤੇ ਇਸ ਕਰਕੇ ਜੇ ਤੁਸੀਂ ਪ੍ਰਚਾਰ ਕਰੋਗੇ ਬਾਈਬਲ ਦਾ ਪ੍ਰਚਾਰ ਕਰੋਗੇ ਤਦ ਤੁਸੀਂ ਉਹਨਾਂ 'ਚ ਸੌਖੇ ਰਹੋਗੇ, ਨਹੀਂ ਤਾਂ ਵੈਸਟ 'ਚ ਇਹ ਜਿਹੜੇ ਕਰ ਰਹੇ ਨੇ ਮਿਡਲ ਈਸਟ 'ਚ ਮੁਹੰਮਦਨ ਇਹਦਾ ਫਿਰ ਬਹੁਤ ਬੁਰਾ ਅਸਰ ਹੋਏਗਾ ਅਤੇ ਤੁਹਾਨੂੰ ਲੋਕ ਮਾਰਨਗੇ ਅਤੇ ਇਸ ਕਰਕੇ ਜੇ ਸਿੱਖ ਹੈਗੇ ਤਾਂ ਉਹਨਾਂ ਨੂੰ ਦੱਸੋ ਵੀ ਕੀ ਸਿੱਖਿਆ ਹੈਗਾ, ਨਹੀਂ ਤਾਂ ਕੁੱਟ ਖਾਓਗੇ। ਅੱਛਾ, ਹੁਣ ਹੈਗਾ ਸਲੋਕ ਮਹੱਲਾ ਹੈਗਾ ਸਤਿਗੁਰੂ ਅਰਜਨ ਦੇਵ ਜੀ ਦਾ। ਕਿਆ ਸੁਣੇਂਦੇ ਕਿਆ ਸੁਣੇਂਦੋ ਕੂੜ ਵਨ ਪਵਨ ਜੁਲਾਰਿਆ, ਵੀ ਕਿਆ ਤੁਸੀਂ ਸੁਣਦੇ ਹੋ, ਕੂੜ ਦਾ ਜਿਹੜਾ ਹੈਗਾ ਉਹ ਹਨੇਰੀ ਉਹ ਵੱਗੀ ਹੋਈ ਹੈਗੀ। ਨਾਨਕ ਸੁਣਿਆ ਸੁਣਿਆ ਤੇ ਪ੍ਰਵਾਨ, ਜੇ ਸੁਣਦੇ ਸੁਣੇਂਦੇ ਸੱਚ ਦਨੀ। ਜੇ ਕੋਈ ਸੁਣਨ ਵਾਲਾ ਹੈਗਾ ਸੁਨਿਆਰ ਸੁਨਿਆਰ ਹੈਗਾ ਉਹਦਾ ਕੰਨ ਜਿਹਦੇ ਖੁੱਲ੍ਹੇ ਹੈਗੇ ਨੇ, ਦੋਜ਼ ਹੈਵ ਈਅਰਸ ਟੂ ਹੀਅਰ, ਅਤੇ ਉਹ ਪ੍ਰਵਾਨ ਹੈਗੇ ਨੇ ਜੋ ਸੁਣੇਂਦੇ ਸੱਚ ਦਨੀ। ਉਹ ਜਿਹੜੇ ਸੁਣਦੇ ਨੇ ਉਹਨਾਂ ਦਾ ਧਨ ਜਿਹੜਾ ਹੈਗਾ ਉਹ ਮਾਇਆ ਨਹੀਂ ਹੈਗੀ, ਉਹ ਉੱਥੇ ਹੈਗਾ ਗਿਆਨ ਹੈਗਾ ਸ਼ੰਤ। ਤਿੰਨ ਗੋਲ ਗਮਾਈ ਜਿਨ ਪ੍ਰਭ ਸਰਵਨੀ ਸੁਣਿਆ ਰਾਮ, ਉਹਨਾਂ ਦੇ ਮੈਂ ਵਾਰ ਵਾਰ ਜਾਵਾਂ। ਗੋਲ ਗਮਾਈ ਜਿਨ ਪ੍ਰਭ ਦਾ ਨਾਮ ਆਪਣੇ ਕੰਨਾਂ ਨਾਲ ਸੁਣਿਆ, ਸਹਿ ਸਹਿਜ ਸਹਿਜੇ ਸੁਹੇਲੇ ਜਿਨ ਹਰ ਹਰ ਰਸਨਾ ਬਣਿਆ ਰਾਮ, ਜਿਨ੍ਹਾਂ ਸਹਿਜ ਨਾਲ ਹੀ ਰਾਮ ਦੇ ਗੁਣ ਗਾਏ ਉਹਨਾਂ ਨੇ ਆਪਣੇ। ਇਹ ਸਮਾਂ ਜਿਹੜਾ ਰਾਮ ਦਾ ਹੈਗਾ, ਰਾਮ ਚੰਦਰ ਦਾ ਨਹੀਂ ਹੈਗਾ, ਰਾਮ ਚੰਦਰ ਦਾ ਤ੍ਰੇਤਾ ਸੀਗਾ, ਇਹ ਰਾਮ ਹੈਗਾ, ਰਾਮ ਸੂਰਜ ਹੈਗਾ ਜਿਹੜਾ ਹਰ ਇੱਕ ਦੇ ਚ ਰਮ ਰਿਹਾ ਹੈਗਾ। ਸਹਿ ਸਹਿਜ ਸੁਹੇਲੇ ਗੁਣੋ ਅਮੋਲ ਜਗਤ ਉਧਾਰਨ ਆਏ, ਸਹਿ ਸਹਿਜ ਸਹਿਜ ਸਹਿਜੇ ਹੀ ਨਾ ਸੁਹੇਲੇ ਸੌਖਾ ਹੀ ਗੁਣ ਅਮੋਲ ਅਮੋਲ ਜਿਹੜਾ ਕਿ ਮੋਲ ਨਾ ਪੇ ਮੁੱਲ ਨਾ ਪੈ ਜਾਏ ਨਾਮ, ਜਗਤ ਉਧਾਰਨ ਆਏ, ਉਹ ਆਪਣੇ ਜਗਤ ਉਧਾਰਨ ਆਏ ਨੇ ਸਤਿਗੁਰੂ ਨਾਨਕ ਦੇਵ ਜੀ। ਬਹਿ ਬੋਥਾ ਸਾਗਰ ਪ੍ਰਭ ਚਰਨ ਕੇਤੇ ਪਾਰ ਲੰਘਾਏ, ਜਿਹੜਾ ਹੈਗਾ ਭੈ ਹੈਗਾ ਅਤੇ ਇੱਕ ਹੁੰਦਾ ਡਰ, ਇੱਕ ਹੁੰਦਾ ਭੈ, ਇੱਕ ਹੁੰਦਾ ਭਉ, ਅਤੇ ਇਹ ਜਿਹੜਾ ਹੁੰਦਾ ਬ੍ਰਹਮ ਰੂਪ ਹੁੰਦਾ ਉਹ ਨਿਰਭੈ ਅਤੇ ਨਿਰਭਉ ਹੁੰਦਾ ਹੈਗਾ। ਅਤੇ ਭੈ ਹੁੰਦਾ ਯਾਨੀ ਕਿ ਕਿਸੇ ਦਾ ਡਰ, ਗਿਆਨੀ ਦਾ ਡਰ, ਵਾਈਸ ਮੈਨ ਦਾ, ਮਨਮੁੱਖ ਨੂੰ ਭੈ ਹੁੰਦਾ ਹੈਗਾ। ਭੈ ਪੋਥਾ ਸਾਗਰ ਪ੍ਰਭ ਚਰਨ ਕੇਤੇ ਪਾਰ ਲਗਾਏ, ਜੇ ਤੁਸੀਂ ਭੈ ਰੱਖੋਗੇ ਅਕਾਲ ਪੁਰਖ ਦਾ ਕਿ ਉਹ ਸਾਰੇ ਤੁਹਾਡੇ ਸੁਣਦਾ ਹੈਗਾ, ਸਾਰੀਆਂ ਚੀਜ਼ਾਂ ਜਾਣਦਾ ਹੈਗਾ, ਜਾਂ ਜਿਹੜਾ ਕੋਈ ਗਿਆਨੀ ਗੁਰਮੁਖ ਹੈਗਾ ਉਹਦਾ ਭੈ ਰੱਖੋਗੇ ਤਦ ਤੁਸੀਂ ਆਪਣੇ ਇਹ ਜਿਹੜਾ ਜ਼ਿੰਦਗੀ ਦਾ ਹੈਗਾ ਬੇੜੀ ਪਾਰ ਲੰਘਾਓਗੇ। ਜਿਨ ਕੋ ਕਿਰਪਾ ਕਰੀ ਮੇਰੇ ਠਾਕੁਰ ਤਿੰਨ ਕਾ ਲੇਖਾ ਨਾ ਗਿਣਿਆ, ਜਿਨ ਆਪਣੇ ਅਕਾਲ ਪੁਰਖ ਨੇ ਨਦਰ ਕੀਤੀ ਉਹਨੂੰ ਇਹ ਨਾਮ ਮਿਲਦਾ ਹੈਗਾ ਤੇ ਉਹਦਾ ਲੇਖਾ ਵੀ ਗਿਣਿਆ ਨਹੀਂ ਜਾਂਦਾ, ਉਹਦਾ ਆਉਣ ਜਾਣ ਜਿਹੜਾ ਹੈਗਾ ਉਹ ਖਤਮ ਹੋ ਜਾਂਦਾ ਹੈਗਾ, ਸਾਲਵੇਸ਼ਨ
ਕਉ ਨਾਨਕ ਤਿਸ ਗੋਲ ਗਮਾਈ ਜਿਨ ਪ੍ਰਭ ਸਰਵਨੀ ਸੁਣਿਆ। ਉਹਨਾਂ ਦੇ ਮੈਂ ਵਾਰ ਵਾਰ ਜਾਵਾਂ ਜਿਹੜੇ ਕਿ ਜਿਨ੍ਹਾਂ ਨੇ ਕਿ ਕੰਨਾਂ ਨਾਲ ਪ੍ਰਭ ਦਾ ਨਾਮ ਸੁਣਿਆ। ਇਹ ਜਿਹੜਾ ਹੈਗਾ ਬਾਈਬਲ ਵਿੱਚ ਆਉਂਦਾ ਹੈਗਾ ਵੀ ਜਿਹੜੇ ਹੈਗੇ ਨਾ ਕਿਤਾਬੀ ਕੀੜੇ ਹੁੰਦੇ ਨਾ, ਉਹਨਾਂ ਦੇ ਕੰਨਾਂ 'ਚ ਮੈਲ ਹੁੰਦੀ ਹੈਗੀ, ਉਹ ਕਿਤਾਬਾਂ ਹੀ ਪੜ੍ਹਦੇ ਨੇ, ਕਿਤਾਬ ਵਿੱਚ ਜੋ ਲਿਖਿਆ ਉਹੀ ਢੂੰਡਦੇ ਨੇ। ਉਹਨਾਂ ਦਾ ਨਾਮ ਜਿਹੜਾ ਕਿਤਾਬਾਂ 'ਚ ਹੈਗਾ, ਇਹ ਨਾਮ ਮਿਲਦਾ ਅਕਾਲ ਪੁਰਖ ਤੋਂ। ਇਹ ਮਿਲਦਾ ਜੇ ਕੰਨ ਤੁਹਾਡੇ ਹੈਗੇ ਨੇ ਸਾਫ਼ ਹੈਗੇ ਨੇ, ਇਹਨਾਂ 'ਚ ਮੈਲ ਹੈ ਨਹੀਂ ਗੀ, ਕੰਨ ਹੈਗੇ ਇਹਦੇ ਨਾਲ ਬਾਣੀ ਜਾਂ ਖਾਈ ਦੀ ਹੈਗੀ, ਦਿਲ 'ਤੇ ਲੈ ਕੇ ਜਾਈਦੀ, ਦਿਲ 'ਤੇ ਇਹਨੂੰ ਡਾਈਜਸਟ ਕਰੀਕੇ ਫਿਰ ਮੂੰਹ 'ਚੋਂ ਕੱਢੀਦਾ ਹੈਗਾ ਸੁਣਾਈ ਦਾ ਰਸਨਾ। ਅਤੇ ਜੀਜ਼ਸ ਇਹਦਾ ਹੈਗਾ ਨਾ, ਜੀਜ਼ਸ ਕਹਿੰਦਾ ਅਨਲੈਸ ਯੂ ਈਟ ਦੀ ਫਲੈਸ਼ ਆਫ ਜੀਜ਼ਸ, ਜਿਹੜਾ ਜੀਜ਼ਸ ਨੇ ਮੂੰਹ ਤੋਂ ਬੋਲਿਆ ਉਹ ਕੰਨਾਂ ਨੇ ਖਾਧਾ, ਡਾਈਜਸਟ ਕੀਤਾ, ਐਂਡ ਡਰਿੰਕ ਦੀ ਬਲੱਡ ਆਫ ਕ੍ਰਾਈਸਟ, ਬਲੱਡ ਆਫ ਕ੍ਰਾਈਸਟ ਦਾ ਮਤਲਬ ਮੂੰਹ ਤੋਂ ਬੋਲਣਾ, ਅਤੇ ਤਦ ਉਹ ਹੈਗਾ ਦੈਨ ਦੇ ਆਰ ਪਾਰਟ ਆਫ ਮੀ, ਅਦਰਵਾਈਜ਼ ਨੋ ਪਾਰਟ। ਸਲੋਕ ਲੋਇਨ ਲੋਈ ਟਿੱਠ ਪਿਆਸ ਨਾ ਬੁੱਝੇ ਮੂੰਹ ਗਨੀ, ਜਿਹੜਾ ਹੈਗਾ ਲੋਇਨ ਲੋਈ ਜਿਹੜਾ ਹੈਗਾ ਨਾ ਦੁਨੀਆ ਦੀ, ਉਹ ਜਿਹੜਾ ਹੈਗਾ ਉਹਨਾਂ ਦੇ ਨਾਲ ਪਿਆਸ ਨਹੀਂ ਬੁੱਝਦੀ। ਮੋਹ ਗਨੀ ਜੇ ਮੋਹ ਜਿਹੜਾ ਵੱਧਦਾ ਹੈਗਾ, ਦੁਨੀਆ ਦਾ ਮੋਹ ਵੱਧਦਾ ਹੈਗਾ। ਨਾਨਕ ਸੇ ਅਖੇੜੀਏ ਖੇੜੀਆ ਬਿਆਨ ਜਿੰਨੀ ਡਿਸੰਡੋ ਮਾਪਰੀ, ਅੱਖਰਾਂ ਦਾ ਮੈਨੂੰ ਨਹੀਂ ਇਹਦਾ ਪਤਾ ਲੱਗਦਾ। ਨਾਨਕ ਸੈ ਅਖੇੜੀਏ ਖਿੜੀਆਂ ਖਿੜੀਆਂ, ਯਾਨੀ ਕਿ ਜਿਹੜੇ ਕਿ ਨਹੀਂ ਖਿੜਦੇ, ਬਿਨ ਬਿਅਨ ਜਿੰਨੀ ਦਿਨ ਦਿਨ ਸੁਣ ਦੋ ਮਾਂ ਭਰੀ, ਇਹ ਨਹੀਂ ਪਤਾ ਮੈਨੂੰ ਵੀ। ਛੰਤ ਜਿੰਨੀ ਹਰ ਪ੍ਰਭ ਡਿੱਠਾ ਤਿੰਨ ਕੁਰਬਾਨੇ ਰਾਮ, ਇਹ ਹਰ ਜਿਹੜਾ ਹੈਗਾ ਪ੍ਰਭ ਇਹ ਉਹਦੇ ਉਹਨੂੰ ਤਦ ਡਿੱਠਾ ਹੈਗਾ ਨਜ਼ਰ ਆਉਂਦਾ ਹੈਗਾ ਜਦੋਂ ਬਾਣੀ ਸਮਝ ਆ ਜਾਏ, ਅਤੇ ਉਹ ਕਹਿੰਦੇ ਵੀ ਕੁਰਬਾਨ ਜਾਵਾਂ ਮੈਂ। ਬਾਣੀ ਜਦੋਂ ਸਮਝ ਆਊਗੀ ਤਾਂ ਤੁਸੀਂ ਮੂੰਹ ਤੋਂ ਬੋਲੋਗੇ, ਜੇ ਨਹੀਂ ਸਮਝ ਆਈ ਤਾਂ ਮੂੰਹ ਤੋਂ ਕੀ ਬੋਲੋਗੇ। ਯਾਨੀ ਕਿ ਜਿਹੜੇ ਪ੍ਰਚਾਰ ਕਰਦੇ ਨੇ, ਸਹਿ ਸਾਚੀ ਦਰਗਾਹ ਬਾਣੇ ਰਾਮ, ਉਹ ਸੱਚੀ ਦਰਗਾਹ ਦੇ 'ਚ ਆਪਣੇ ਭਾਣੇ ਉਹਦੇ ਭਾਰੇ ਨਾਲ ਰਾਮ ਦੇ ਭਾਰੇ ਨਾਲ ਮਿਲ ਚਲੇ ਜਾਂਦੇ ਨੇ। ਠਾਕੁਰ ਮਾਨੇ ਸਹਿ ਪ੍ਰਧਾਨੇ, ਜਿਹੜਾ ਠਾਕੁਰ ਦਾ ਕਹਿਣਾ ਮੰਨਦੇ ਨੇ, ਮਾਨੇ ਸਹਿ ਪ੍ਰਧਾਨੇ, ਉਹ ਪ੍ਰਧਾਨ ਹੈਗੇ ਹਰ ਛੇਤੀ ਰੰਗ ਰਾਤੇ, ਉਹਨਾਂ ਦਾ ਹਰ ਦੇ ਨਾਲ ਰੰਗ ਰੰਗਿਆ ਜਾਂਦਾ। ਅੱਛਾ ਹੁਣ ਇਹ ਜਿਹੜੇ ਨਾ ਗ੍ਰੰਥੀ ਵਗੈਰਾ ਹੈਗੇ ਨੇ, ਇਹ ਹਰੀ ਕਹਿ ਦਿੰਦੇ ਨੇ, ਇਹ ਹਰੀ ਨਹੀਂ ਹੈਗਾ। ਜਿਹੜੇ ਹਰੀ ਕਹਿੰਦੇ ਨੇ ਉਹਨਾਂ ਨੂੰ ਗਿਆਨ ਨਹੀਂ ਹੈਗਾ, ਇਹ ਹਰ ਹੈਗਾ। ਹਰੀ ਹੁੰਦਾ ਹਰੀ ਓਮ ਸ਼ਾਂਤੀ ਹਿੰਦੂਆਂ ਦਾ, ਇਹ ਹੈਗਾ ਹਰ ਇੱਕ ਓਮਕਾਰ, ਇਹ ਹਰ ਆਪਣਾ ਜਿਹੜਾ ਹੈਗਾ ਕਰਤਾ ਹੈਗਾ, ਇਹ ਵੱਖਰਾ ਹੈਗਾ, ਅਤੇ ਹਰੀ ਵੱਖਰਾ ਹੈਗਾ। ਇਹ ਹਰਿਮੰਦਰ ਹੈਗਾ, ਹਰੀ ਮੰਦਰ ਨਹੀਂ ਹੈਗਾ ਆਪਣਾ, ਉੱਥੇ ਜਿਹੜਾ ਹੈਗਾ ਸੋਨਾ ਜਿਹਦੇ 'ਤੇ ਲਾਇਆ ਹਰਿਮੰਦਰ ਹੈਗਾ, ਇਹ ਹਰਿਮੰਦਰ ਪਹਿਲਾਂ ਜਰੂਜ਼ਲਮ ਹੁੰਦਾ ਸੀਗਾ, ਅਤੇ ਹੁਣ ਇੱਥੇ ਹੈਗਾ ਬਣਿਆ, ਅਤੇ ਉੱਥੇ ਨਹੀਂ ਬਣਾ ਸਕਦੇ ਉਹਨੂੰ। ਹਰ ਰੱਸੇ ਅਗਿਆਏ ਸਹਿਜੇ ਸਮਾਏ ਗੱਟ ਗੱਟ ਰਮੀਆਂ ਜਾਤੇ, ਹਰ ਦੇ ਨਾਲ ਜਿਹੜੇ ਰਸ ਦੇ ਨਾਲ ਆਦਮੀ ਭਰਪੂਰ ਹੋ ਜਾਂਦਾ ਹੈਗਾ। ਸਹਿਜੇ ਸਮਾਏ ਗੱਟ ਗੱਟ ਰਮੀਆਂ ਆਏ, ਫਿਰ ਉਹਦੇ ਘੱਟ ਘੱਟ ਉਹਦੇ 'ਚ ਰਾਮ ਦੇ ਵਿੱਚ ਰਮ ਜਾਂਦਾ ਹੈਗਾ। ਰਮੀਆਂ ਜਾਤੇ ਸਹੀ ਸੱਜਣ ਸੰਤ ਸਹਿ ਸੁਖੀਏ, ਠਾਕੁਰ ਆਪਣੇ ਬਾਣੇ, ਠਾਕੁਰ ਦੇ ਜਿਹੜੇ ਆਪਣੇ ਬਾਣੇ ਜਿਹੜਾ ਨਾ, ਉਹ ਜਿਹੜੇ ਸੰਤ ਹੈਗੇ ਨੇ ਉਹ ਸੁਖੀ ਹੈਗੇ ਨੇ ਜਿਹੜੇ ਉਹਦੇ ਬਾਣੇ 'ਤੇ ਚੱਲਣ। ਕਹੋ ਨਾਨਕ ਜਨ ਹਰ ਪ੍ਰਭ ਡਿੱਠਾ
ਤਿਨਕੇ ਸਦ ਕੁਰਬਾਨੇ। ਕਹਿੰਦੇ ਵੀ ਨਾਨਕ ਜੀ ਕਿ ਜਨ ਜਿਸ ਜਨ ਨੇ ਜਿਸ ਆਦਮੀ ਨੇ ਹਰ ਪ੍ਰਭ ਡਿੱਠਾ, ਜਿਹਨੇ ਹਰ ਪ੍ਰਭ ਨੂੰ ਪਛਾਣਿਆ ਨਾਮ ਦੇ ਰਾਹੀਂ, ਤਿਨਕੇ ਸਦਾ ਕੁਰਬਾਨੇ। ਸਲੋਕ ਦੇ ਅੰਧਿਆਰੇ ਦੇ ਅੰਧਾਰੇ ਅੰਧ ਸੁਣੀ ਨਾਮ ਵਿਹੋਣੀਆਂ ਦੇ ਅੰਧਾਰੇ ਜਿਹੜੇ ਹੈ ਨਾ ਆਪਣੇ ਦੇਹ ਦੇ ਯਾਨੀ ਕਿ ਜਿਸਮਾਨੀ ਆਦਮੀ ਹੈਗੇ ਨੇ ਉਹ ਅੰਨੇ ਹੈਗੇ ਨੇ। ਇਹਦੇ 'ਚ ਤੁਹਾਨੂੰ ਮਨ ਦਾ ਜਾਗਣਾ ਜ਼ਰੂਰੀ ਹੈਗਾ। ਅੰਧਾਰੀ ਅੰਧ ਸੁਣੀ ਨਾਮ ਵਿਹੋਣੀ, ਉਹ ਨਾਮ ਦੇ ਵਿਹੋਣੀਆਂ ਯਾਨੀ ਕਿ ਉਹਨਾਂ ਨਾਮ ਨਹੀਂ ਮਿਲਦਾ। ਜਿੱਦਾਂ ਕਿ ਪਹਿਲੀ ਜਿਹੜੀ ਹੈਗੀ ਨਾ ਜਪਜੀ ਸਾਹਿਬ ਦੀ ਪੌੜੀ ਹੈਗੀ, ਸੋਚਿਆਂ ਸੋਚਣ ਹੋਈ ਜੇ ਸੋਚੀ ਲਿਖਵਾਰ, ਇਹ ਉਹਨਾਂ ਲਈ ਹੈਗੀ ਜਿਹੜੇ ਮਨ ਦੇ ਅੰਨੇ ਹੈਗੇ ਨੇ ਹੋਮੇ ਵਾਲੇ। ਨਾਨਕ ਸਫਲ ਜਨਮ ਜੇ ਗੱਠ ਮੁੱਠਾ ਸੱਚ ਧਨੀ। ਨਾਨਕ ਕਹਿੰਦੇ ਵੀ ਉਹਨਾਂ ਦਾ ਜਨਮ ਸਫਲ ਹੈਗਾ ਜੇ ਜਿਹੜਾ ਆਪਣੇ ਸੱਚ ਦੇ ਨਾਲ ਪਿਆਰ ਹੈਗਾ, ਸੱਚ ਦੇ ਧਨੀ ਹੈਗੇ ਨੇ। ਸ਼ੰਤ ਤਿੰਨ ਖਾਨੀਆਂ ਵਨ ਜਿਨ ਮੇਰਾ ਹਰ ਪ੍ਰਭ ਡੀਠਾ ਰਾਮ। ਤਿੰਨ ਖਾਨੀਆਂ ਖਾਨੀਆਂ ਜਿਹੜੇ ਹੈ ਇਹ ਖਾਨੀਆਂ ਜਿਹੜੀਆਂ ਨਾ ਇਹ ਹੈਗੀਆਂ ਨੇ ਜਿੱਦਾਂ ਉਤਪੁੱਜ ਅਤੇ ਅੰਡਜ ਅਤੇ ਜੇਰਜ, ਇਹ ਖਾਣੀਆਂ ਹੈਗੀਆਂ ਜਿੱਥੇ ਖਾਣੀਆਂ ਜਿਹੜੀਆਂ ਹੈਗੇ ਲੋਕ ਬਿਨਾ ਜਿਨ ਮੇਰਾ ਹਰ ਪ੍ਰਭ ਡਿੱਠਾ ਰਾਮ, ਜਿਹਨਾਂ ਨੇ ਕਿ ਜਿਹੜਾ ਰਾਮ ਸਾਡੇ ਡਿੱਠਦਾ ਜਦੋਂ ਤੁਹਾਡੇ 'ਚ ਤੀਜੀ ਜੇਰਜ ਦੇ ਖਾਣੀ 'ਚ ਹੁੰਦੇ ਆ ਉਦੋਂ ਤੁਹਾਨੂੰ ਡਿੱਠਦਾ ਹੈਗਾ। ਕਿਉਂ? ਉਦੋਂ ਜੇਰੇ ਦੀ ਖਾਣੀ ਜਿਹੜੇ ਹੁੰਦੇ ਨੇ ਉਹ ਸੋਚ ਸਕਦੇ ਨੇ। ਜਨ ਚਾਖੇ ਅਗਾਣੇ ਹਰ ਹਰ ਅੰਮ੍ਰਿਤ ਮਿੱਠਾ ਰਾਮ। ਜਿਨ੍ਹਾਂ ਨੇ ਅੰਮ੍ਰਿਤ ਚਾਖਿਆ ਨਾ ਉਹ ਇੰਨੇ ਹੈਗੇ ਨੇ ਬਈ ਉਹਨਾਂ ਨੂੰ ਪਿਆਰਾ ਅੰਮ੍ਰਿਤ ਲੱਗਦਾ ਕਿ ਹਰ ਹਰ ਅੰਮ੍ਰਿਤ ਮਿੱਠਾ ਰਾਮ। ਉਹਨਾਂ ਲਈ ਜਿਹੜਾ ਹੈਗਾ ਰਾਮ ਦਾ ਜਿਹੜਾ ਨਾਮ ਹੈਗਾ ਮਿੱਠਾ ਹੈਗਾ, ਸੱਚ ਜਿਹੜਾ ਹੈਗਾ ਕੌੜਾ ਹੈਗਾ, ਸੱਤ ਉਹਦੇ ਨਾਲ ਵੀ ਕੌੜਾ ਹੈਗਾ। ਪਰ ਸੱਤ ਦਾ ਜਿਹੜਾ ਗਾਹਕ ਹੁੰਦਾ ਹੈਗਾ ਜੇ ਉਹਨੂੰ ਸਮਝ ਆ ਜਾਏ ਅਤੇ ਜੇ ਉਹ ਚਾਖੇ ਤਾਂ ਉਹਦੇ ਲਈ ਅੰਮ੍ਰਿਤ ਮਿੱਠਾ ਰਾਮ ਹੈਗਾ, ਉਹਦੇ ਲਈ ਮਿੱਠਾ ਹੈਗਾ। ਹਰ ਇੱਕ ਸੱਤ ਨਹੀਂ ਬੋਲ ਸਕਦਾ। ਜਿਵੇਂ ਹੈਗਾ ਕਿ ਸਿੱਖ ਹੁਣ ਜਿਹੜੇ ਕਹਿੰਦੇ ਨਾ ਵੀ 1984 'ਚ ਇੰਨੇ ਸਿੱਖ ਮਰ ਗਏ, ਸਿੱਖ ਤਾਂ ਹੁੰਦਾ ਹੈਗਾ ਸੂਖਮ ਰੂਪ, ਉਹਦਾ ਜੰਮਿਆ ਤਨ ਮਰਿਆ, ਇੱਕ ਵੀ ਨਹੀਂ ਮਰਿਆ ਸਿੱਖ ਉਦੋਂ। ਹੁਣ ਜੇ ਬੋਲੋ ਤੁਸੀਂ ਤਾਂ ਲੋਕ ਤੁਹਾਡੇ ਗਲੇ ਪੈਂਦੇ ਨੇ, ਕਿਉਂ ਨਹੀਂ ਮਰਿਆ, ਇੰਨੇ ਮਰੇ ਨੇ, ਆਹ ਹੋਇਆ। ਉਹ ਸਾਰੇ ਬਣਾਉਟੀ ਸਿੱਖ ਸੀਗੇ, ਜਾਂਦੇ ਸੀਗੇ ਗੁਰਦੁਆਰੇ, ਪੰਜ ਰੁਪਈਏ ਉੱਥੇ ਰੱਖੇ, ਪੰਜ ਉੱਥੇ ਰੱਖੇ, ਪ੍ਰਸ਼ਾਦ ਲੈ ਕੇ ਘਰ ਨੂੰ ਆ ਗਿਆ, ਅਤੇ ਅਗਲਾ ਜਿਹੜਾ ਪ੍ਰਚਾਰਕ ਹੈਗਾ ਉਹ ਕੂੜ ਦਾ ਪ੍ਰਚਾਰ ਕਰਦਾ ਰਿਹਾ, ਕੌਮ ਸਿੱਖ ਕੌਮ ਬਣਾਉਂਦਾ ਰਿਹਾ। ਸਿੱਖ ਪੰਥ ਹੁੰਦਾ, ਕੌਮ ਨਹੀਂ ਹੈਗੀ। ਸਿੱਖ ਕੌਮ ਕਹਿਣਾ ਖੁਦ ਆਦਮੀ ਹਰਾਮੀ ਬਣਦਾ। ਆਪਣੇ ਜੱਟ ਕੌਮ ਨੂੰ, ਮੇਰੀ ਜੱਟ ਕੌਮ ਹੈਗੀ, ਜੇ ਮੈਂ ਕਹਾਂ ਵੀ ਸਿੱਖ ਕੌਮ ਹੈਗੀ ਤਾਂ ਆਪਣੀ ਜੱਟ ਕੌਮ ਨੂੰ ਜਵਾਬ ਦੇ ਕੇ ਮੈਂ ਹਰਾਮੀ ਬਣਦਾ, ਅਤੇ ਉਹ ਫਿਰ ਹਰਾਮੀਆਂ ਵਾਲੇ ਕੰਮ ਹੁੰਦੇ ਨੇ। ਹਰ ਮਨੇ ਮਿੱਠਾ ਪ੍ਰਭ ਟੀ ਟੁੱਠਾ, ਆਮਿਓ ਉੱਠਾ ਸੁਖ ਬਹਿ। ਜਿਹੜਾ ਹੈਗਾ ਨਾ ਹਰ ਜਿਹੜਾ ਮਨ ਨੂੰ ਮਨ ਦੇ ਮਨ ਪਛਾਣਦਾ ਹਰ ਨੂੰ, ਉਹਨੂੰ ਫਿਰ ਮਿੱਠਾ ਲੱਗਦਾ ਹੈਗਾ। ਪ੍ਰਭ ਟੂਠਾ, ਪ੍ਰਭ ਉਹਨੂੰ ਫਿਰ ਬਈ ਚੰਗਾ ਲੱਗਦਾ ਹੈਗਾ। ਅਮਿਓ ਉੱਠਾ ਯਾਨੀ ਕਿ ਬਹੁਤ ਪਿਆਰਾ ਲੱਗਦਾ ਹੈਗਾ। ਸੁਖ ਪੈ ਦੁੱਖ ਨਾਸ ਭਰਮ ਵਿਨਾਸ, ਤਨ ਤੇ ਜਪੇ ਜਗਦੀਸ਼ ਈਸਾ ਜੈ ਜੈ ਜਾਏ। ਦੁੱਖ ਨਾਸ ਹੋ ਜਾਂਦਾ, ਭਰਮ ਜਿਹੜਾ ਹੁੰਦਾ ਉਹ ਦੌੜ ਜਾਂਦਾ ਹੈਗਾ,
ਭਰਮ ਹੁੰਦਾ ਹੈਗਾ ਮਨਮੁਖ ਨੂੰ, ਗੁਰਮੁਖ ਨੂੰ ਭਰਮ ਨਹੀਂ ਹੁੰਦਾ। ਤਨ ਤੇ ਜਪੇ, ਤਨ ਨਾਲ ਆਪਣੇ ਸਰੀਰ ਨਾਲ ਜਪਣਾ, ਜੀਭਾਂ ਨਾਲ ਜਗਦੀਸ਼ ਈਸ਼ਾ ਜੈ ਜਾਏ, ਉਹਦੀ ਜੈ ਜੈਕਾਰ ਏਦਾਂ ਹੁੰਦੀ, ਉਹਦਾ ਨਾਮ ਜਪਣਾ। ਮੋਹ ਰਹਿਤ ਬੇਕਾਰ ਥਾਕੇ, ਜਿਹੜਾ ਦੁਨੀਆਂ ਦਾ ਮੋਹ ਹੈਗਾ ਉਹ ਵੀ ਰਹਿਤ ਹੋ ਜਾਂਦਾ, ਟੁੱਟ ਜਾਂਦਾ ਹੈਗਾ। ਬੇਕਾਰ ਥਾਕੇ, ਜਿਹੜੇ ਬੇਕਾਰ ਹੈਗੇ ਨੇ ਕਰਦੇ ਆਪਣੇ ਹੋਰ ਕੰਮ ਨਿਕੰਮੇ, ਉਹ ਵੀ ਥੱਕ ਕੇ। ਪੰਚ ਤੇ ਸੰਗ ਟੁੱਟਾ, ਪੰਚ ਜਿਹੜੇ ਹੈਗੇ ਕਾਮ ਕ੍ਰੋਧ ਲੋਭ ਹੰਕਾਰ, ਉਹਨਾਂ ਤੋਂ ਵੀ ਸੰਗ ਟੁੱਟ ਜਾਂਦਾ ਹੈਗਾ, ਯਾਨੀ ਕਿ ਆਦਮੀ ਸਾਫ ਦਿਲ ਹੋ ਜਾਂਦਾ। ਕਹੋ ਨਾਨਕ ਤਿੰਨ ਖੰਨਿਆ ਵੰਨਾ, ਜਿਨ ਘੱਟ ਮੇਰਾ ਹਰ ਪ੍ਰਭ ਬੂਠਾ। ਕਹੋ ਨਾਨਕ ਤਿੰਨ ਖੰਨਿਆ ਦਾ ਵੀ ਸਮਝ ਆਈ, ਖੰਨਿਆ ਵਿੰਨਾ ਹੋਈ ਹੈ। ਚਲੋ, ਜੋ ਲੋੜੀ ਦਾ ਲੋੜੀ ਦੇ ਰਾਮ ਸੇਵਕ ਸਹੀ ਕਾਂਡਿਆ, ਜੋ ਲੋੜੀ ਦੇ ਰਾਮ ਸੇਵਕ, ਰਾਮ ਦਾ ਸੇਵਕ ਜਿਹੜਾ ਜੋ ਲੋੜਦਾ ਹੈਗਾ ਉਹ ਕੱਢ ਲੈਂਦਾ ਹੈਗਾ ਕਾਂਡਿਆ ਵਿੱਚੋਂ, ਯਾਨੀ ਕਿ ਉਹ ਆਪਣੇ ਲੋਜੀਕਲ ਰੀਜਨਿੰਗ ਨਾਲ ਉਹ ਹੱਲ ਕਰ ਲੈਂਦਾ, ਆਪਣਾ ਨਾਮ ਲੱਭ ਲੈਂਦਾ ਹੈਗਾ। ਨਾਨਕ ਜਾਣੇ ਸਤ ਸਾਏ ਸੰਤ ਨਾ ਬਹਾਰਾ, ਨਾਨਕ ਜਾਣੇ ਸਤ ਸਾਈ, ਜਿਹੜਾ ਸਤ ਹੈਗਾ ਇਹ ਸੱਚ ਤੋਂ ਉੱਪਰ ਹੈਗਾ, ਸੂਖਸ਼ਮ ਰੂਪ ਸੂਖਸ਼ਮ ਸਤ, ਜਿੱਦਾਂ ਕਿ ਸਿੱਖ ਪੰਥ ਹੈਗਾ ਕੌਮ ਨਹੀਂ ਹੈਗੀ, ਇਹ ਸਤ ਹੈਗਾ। ਨਾਨਕ ਜਾਣੇ ਸਤ ਸਾਈ ਸੰਤ ਨਾ ਬਹਾਰਾ, ਸੰਤ ਤੋਂ ਇਹ ਬਾਹਰਾ ਨਹੀਂ ਹੈਗਾ, ਇਹ ਸੰਤ ਜਾਣਦੇ ਨੇ ਇਸ ਨੂੰ। ਸੰਤ ਮਿਲ ਜਲ ਜਲੇ ਗਠਾਨ ਖਟਾਨਾ ਰਾਮ, ਜਿਵੇਂ ਜਲ ਚ ਜਲ ਮਿਲ ਕੇ ਤੇ ਇੱਕ ਰਾਮ ਹੋ ਜਾਂਦੇ ਨੇ, ਇੱਦਾਂ ਰਾਮ ਨਾਲ ਆਦਮੀ ਉਹ ਮਿਲ ਜਾਂਦਾ ਹੈਗਾ। ਸੰਗੇ ਜੋਤੀ ਜੋਤ ਮਿਲਾਨਾ ਰਾਮ, ਤੇ ਇੱਕ ਜਿਹੜੀ ਜੋਤ ਹੈਗੀ ਆਪਣੇ ਪਰਮਾਤਮਾ ਨਾਲ, ਜਿਹੜੀ ਆਤਮਾ ਜਿਹੜੀ ਹੈਗੀ ਪਰਮਾਤਮਾ ਨਾਲ ਮਿਲ ਜਾਂਦੀ ਹੈਗੀ ਤੇ ਇੱਕ ਹੋ ਜਾਂਦੇ ਨੇ। ਸਮਾਏ ਪੂਰਨ ਪੁਰਖ ਕਰਤੇ ਆਪੇ ਜਾਣੀਆ, ਇੱਕ ਵਾਰੀ ਉਹ ਸਮਾਜ ਹੈ ਤੇ ਪੂਰਨ ਜਿਹੜਾ ਪੁਰਖ ਹੈਗਾ ਕਰਤੇ ਨੇ, ਕਰਤਾ ਜਿਹੜਾ ਅਕਾਲ ਪੁਰਖ ਹੈ ਆਪੇ ਆਪਣੇ ਨਾਲ ਜਾਣ ਲੈਂਦਾ ਹੈਗਾ। ਤੈ ਸੁਣ ਸਹਿਜ ਸਮਾਧ ਲਾਗੀ ਏਕ ਏਕ ਵਖਾਣਿਆ, ਉਹਨਾਂ ਨਾਲ ਫਿਰ ਉਹਨਾਂ ਨਾਲ ਇੱਕ ਮਿਕ ਹੋ ਜਾਂਦਾ, ਉਹਨਾਂ ਨੂੰ ਇੱਕੋ ਹੀ ਨਜ਼ਰ ਆਉਂਦਾ ਹੈਗਾ, ਉਹ ਦੂਜੇ ਨੂੰ ਨਹੀਂ ਉਹ ਕੁਛ ਕਹਿ ਮਗਰ ਪੈਂਦੇ ਉਹਨਾਂ ਨੂੰ। ਤੈ ਸੁਣ ਸਹਿਜੇ ਸਮਾਧੇ, ਸਹਿਜੇ ਉਹਨਾਂ ਦੀ ਸਮਾਧ ਲੱਗ ਜਾਂਦੀ ਹੈਗੀ। ਤਾਂ ਏਕ ਏਕ ਵਿਖਾਣਿਆ, ਇੱਕੋ ਦਾ ਉਹ ਕਰਦੇ ਨੇ ਆਪਣੇ ਉਹਦੀ ਵਿਖਾਣਿਆ, ਮੈਂ ਨਹੀਂ ਉਹਦੀ ਵਿਆਖਿਆ ਕਰਦੇ ਨੇ। ਆਪੇ ਗੁਪਤ ਆਪੇ ਮੁਕਤ, ਆਪੇ ਗੁਪਤਾ ਆਪੇ ਮੁਕਤਾ, ਆਪੇ ਆਪ ਵਿਖਾਣਾ, ਜਿਹੜਾ ਉਹ ਆਦਮੀ ਜਿਹੜਾ ਹੈਗਾ ਜਿਹੜਾ ਬਾਣੀ ਸਮਝ ਆਏ ਜਿਹਦੇ 'ਚ, ਉਹ ਆਪੇ ਹੀ ਫਿਰ ਗੁਪਤਾ ਹੈਗਾ, ਕਿ ਉਹ ਜਿਹੜਾ ਹੈਗਾ ਉਹ ਦੂਸਰੇ ਨੂੰ ਨਹੀਂ ਦੱਸਦਾ ਵੀ ਮੈਨੂੰ ਗਿਆਨ ਹੈਗਾ। ਉਹ ਗਿਆਨ ਜਿਹੜਾ ਹੈਗਾ ਜਦੋਂ ਤੁਸੀਂ ਬੋਲੋਗੇ ਤਦ ਜਿਹਦੇ ਕੰਨ ਸਾਫ ਹੈਗੇ ਨੇ ਉਹ ਸੁਣੇਗਾ ਤੇ ਉਹ ਤੁਹਾਡੀ ਫਿਰ ਜਾਣੇਗਾ ਵੀ ਇਹਦੇ ਕੋਲ ਹੈਗਾ। ਤੇ ਇਹ ਨਹੀਂ ਪ੍ਰਚਾਰ ਕਰਦਾ ਵੀ ਆਦਮੀ ਵੀ ਮੇਰੇ ਕੋਲ ਆਹ ਗਿਆਨ ਹੈਗਾ ਜੀ ਆਹ ਹੈਗਾ, ਤੇ ਉਹ ਪ੍ਰਗਟ ਨਹੀਂ ਹੁੰਦਾ, ਗੁਪਤ ਰਹਿੰਦਾ ਹੈਗਾ। ਆਪੇ ਗੁਪਤਾ ਆਪੇ ਮੁਕਤਾ, ਮੁਕਤ ਵੀ ਹੋ ਜਾਂਦੀ ਕਿ ਉਹਨੂੰ ਪਤਾ ਵੀ ਹੁਣ ਮੈਂ ਅਕਾਲ ਪੁਰਖ ਦੇ ਨਾਲ ਇੱਕ ਮਿੱਕ ਹੈਗਾ, ਕਿਉਂ ਅਕਾਲ ਪੁਰਖ ਤਦੇ ਤੁਹਾਨੂੰ ਉਹ ਦਊਗਾ ਨਾਮ ਜੇ ਤੁਹਾਨੂੰ ਉਹਦੇ 'ਤੇ ਉਹਦੀ ਮਿਹਰ ਹੋਏਗੀ। ਆਪੇ ਆਪ ਵਿਖਾਣਾ, ਉਹ ਆਪੇ ਹੀ ਫਿਰ ਵਿਖਾਣ ਕਰਦਾ ਹੈਗਾ ਵੀ ਮੂੰਹ 'ਚੋਂ
ਆਪ ਹੀ ਬੋਨੀ ਬੋਲਦਾ ਹੈਗਾ, ਯਾਨੀ ਕਿ ਉਹਨੂੰ ਕਿਤਾਬਾਂ ਦੀ ਲੋੜ ਨਹੀਂ ਹੈਗੀ। ਨਾਨਕ ਬਰਮ ਬੈ ਗੁਣ ਬਿਨਾਸੇ, ਮਿਲ ਜਲ ਜਲੇ ਖਟਾਨਾ। ਨਾਨਕ ਬਰਮ ਬੈ ਗੁਣ ਬਿਨਾਸੇ, ਜਿਹੜਾ ਹੈਗਾ ਨਾ ਆਪਣੇ ਮਨ ਦਾ ਬੈ, ਜਿਹੜਾ ਮਨ ਨੂੰ ਹੁੰਦਾ ਹੈਗਾ, ਜਿਹੜੇ ਮਨ ਦੇ ਭਰਮ ਹੁੰਦੇ ਨੇ ਉਹ ਦੂਰ ਹੋ ਜਾਂਦੇ ਨੇ, ਅਤੇ ਫਿਰ ਜਿਹੜਾ ਹੈਗਾ ਮਿਲ ਜਲ ਜਲੇ ਖਟਾਣਾ, ਫਿਰ ਜਿੱਦਾਂ ਜਲ ਹੁੰਦਾ ਹੈਗਾ ਇੱਕ ਜਲ ਦੂਜੇ ਜਲ ਨਾਲ ਮਿਲ ਕੇ ਇੱਕ ਹੋ ਜਾਂਦਾ, ਯਾਨੀ ਕਿ ਗੁਰਮੁਖ ਬਣ ਜਾਂਦਾ ਹੈਗਾ। ਗੁਰਮੁਖ ਅਤੇ ਅਕਾਲ ਪੁਰਖ 'ਚ ਕੋਈ ਫਰਕ ਨਹੀਂ ਹੁੰਦਾ, ਅਤੇ ਇਹ ਮੇਰੀ ਸਮਝ ਹੈਗੀ। ਅਤੇ ਬਾਕੀ ਮੇਰੇ ਨਾਲ ਵੱਡੇ ਵੱਡੇ ਗਿਆਨੀ ਹੋਰ ਹੈਗੇ ਨੇ, ਮੈਨੂੰ ਇਹ ਹੈਗਾ ਕਿ ਮੈਨੂੰ ਅੱਖਰਾਂ ਦਾ ਕੇਰੀ ਨਹੀਂ ਪਤਾ ਲੱਗਦਾ ਇਹਨਾਂ ਦੇ ਕੀ ਮਤਲਬ ਹੈਗੇ ਨੇ। ਅਤੇ ਵੈਸੇ ਮੈਨੂੰ ਇਹ ਪਤਾ ਵੀ ਇਹ ਕੀ ਚੀਜ਼ ਹੈਗੀ, ਅਤੇ ਕੇਰੀ ਉਹ ਅੱਖਰ ਨਾ ਸਮਝਣ ਕਰਕੇ ਤਾਂ ਮੈਂ ਇੰਨੀ ਵਿਆਖਿਆ ਨਹੀਂ ਕਰ ਸਕਦਾ।